ਸੋ ਕੱਲ੍ਹ ਦੀ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇੱਕ ਜਵਾਨ ਕੁੜੀ ਜਿਸਦਾ ਫਿਲਹਾਲ ਦੇ ਵਿੱਚ ਹੀ ਵਿਆਹ ਹੋਇਆ ਅਤੇ ਉਹ ਨਸ਼ੇ ਦੇ ਵਿੱਚ ਧੁੱਤ ਦਿਖਾਈ ਦੇ ਰਹੀ ਹੈ। ਸੋ ਇਹ ਜਿਹੜੀ ਵੀਡੀਓ ਹੈ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਦੇ ਮਕਬੂਲਪੁਰੇ ਦੀ ਇਹ ਵੀਡੀਓ ਹੈ, ਜਿਸ ਤੋਂ ਬਾਅਦ ਪੁਲਿਸ ਨੇ ਇਸ ਦੇ ਉੱਤੇ ਐਕਸ਼ਨ ਲੈਂਦੇ ਆ, ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਆ। ਪੁਲਿਸ ਨੇ ਇੱਕ ਸਰਚ ਓਪਰੇਸ਼ਨ ਜਾਰੀ ਕੀਤਾ ਆ, ਜਿਸ ਦੇ ਵਿੱਚ ਜਿੰਨੇ ਵੀ ਸ਼ੱਕੀ ਨੇ ਉਸ ਪਿੰਡ ਦੇ ਲੋਕ ਉਹਨਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਆ। ਸੋ ਸੁਣੋ SHO ਨੇ ਇਸ ਦੇ ਉੱਪਰ ਕੀ ਕਿਹਾ, ਕਿੱਥੋਂ ਦੀ ਇਹ ਵੀਡੀਓ ਸੀਗੀ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ। ਸਰ, ਇੱਕ ਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਵੀਡੀਓ, ਇੱਕ ਲੇਡੀਜ਼ ਦੀ ਜਿਹੜੀ ਕਿ ਮਕਬੂਲਪੁਰੇ ਦਾ ਨਾਂ ਆ ਰਿਹਾ ਵਿੱਚ, ਕਿ ਉਹ ਲੇਡੀਜ਼ ਜਿਹੜੀ ਉਹ ਚਿੱਟਾ ਤਰੀਕੇ ਦੀ ਜਿਹੜੀ ਉਹ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ, ਉਸਦੇ ਬਾਰੇ ਸਰ, ਕਿਉਂਕਿ ਚਿੱਟਾ ਇੱਕ ਪਾਸੇ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਖਤਮ ਹੋ ਚੁੱਕਾ। ਅਸੀਂ ਇਸ ਚੀਜ਼ ਦੀ ਵੈਰੀਫਾਈ ਕਰਦੇ ਹਾਂ ਵੀ ਉਹ ਕਿਹੜੇ ਏਰੀਏ ਦੀ ਆ, ਪਾਰਟੀਕੂਲਰਲੀ ਇਹਦੇ ਬਾਰੇ ਨਹੀਂ ਪਾ ਵੀ ਉਹ ਮਕਬੂਲਪੁਰੇ ਦੀ ਹੈ ਕਿੱਥੋਂ ਦੀ ਹੈ, ਨਾਮ ਮਕਬੂਲਪੁਰੇ ਦਾ ਲੈਣ ਦੇ ਆ, ਉਹੀ ਵੈਰੀਫਾਈ ਕਰਨੇ ਆ ਕਿੱਥੋਂ ਦੀ ਹੈ। ਬਾਕੀ ਇਸ ਰੋਕਣ ਵਾਸਤੇ, ਇਸ ਚੀਜ਼ ਨੂੰ ਰੋਕਣ ਵਾਸਤੇ ਸਪੈਸ਼ਲ ਸਰਚ ਅਭਿਆਨ ਚੱਲ ਰਿਹਾ ਜੀ। ਟੋਟਲ ਸਰ ਕਿੰਨੇ ਕੁ ਮੁਲਾਜ਼ਮ ਇਸ ਦੇ ਵਿੱਚ ਤਨਾਤ ਕੀਤੇ ਗਏ? ਇਹ ਕਰੀਬ 100 ਤੋਂ 150 ਦੇ ਦਰਮਿਆਨ ਮੁਲਾਜ਼ਮ ਹੈ ਜਿਹੜਾ ਸਾਡਾ ਸਰਚ ਅਭਿਆਨ ਚੱਲ ਰਿਹਾ ਜੀ। ਸਰ, ਵਹੀਕਲ ਹੀ ਚੈੱਕ ਕੀਤੇ ਜਾ ਰਹੇ ਹਨ, ਉਸ ਦੇ ਨਾਲ ਨਾਲ ਡਾਕੂਮੈਂਟ ਸਾਰਾ ਕੁਝ ਚੈੱਕ ਕੀਤਾ ਜਾ ਰਿਹਾ ਜੀ। ਕੋਈ ਜਿਹੜੇ ਸ਼ੱਕੀ ਪਰਸਨ ਆ ਉਹਨਾਂ ਨੂੰ ਵੀ ਰੋਕ ਕੇ ਅਸੀਂ ਚੈੱਕ ਕਰਨ ਦੇ ਹਾਂ।